ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੀ ਨੀਟਿੰਗ ਚੈਨਲ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਫੇਰ ਹਾਜ਼ਰ ਹਾਂ ਤੁਹਾਡੇ ਲਈ ਬੁਣਤੀ ਦਾ ਇੱਕ ਨਵਾਂ ਡਿਜ਼ਾਈਨ ਲੈ ਕੇ ਬਹੁਤ ਹੀ ਆਸਾਨ ਜਿਹਾ ਡਿਜ਼ਾਈਨ ਹੈ ਇਹ ਇਹ ਡਿਜ਼ਾਈਨ ਆਪਾਂ ਲੇਡੀਜ਼ ਕੋਟ ਜੈਕਟ ਗਰਲਸ ਟੌਪ ਗਰਲਸ ਕੀ ਵੀ ਦੇ ਵਿੱਚ ਬਣਾ ਸਕਦੇ ਹਾਂ ਬਹੁਤ ਹੀ ਆਸਾਨੀ ਨਾਲ ਬਣਦਾ ਇਹ ਡਿਜ਼ਾਈਨ ਬਣਾਉਣ ਲਈ ਜਦੋਂ ਵੀ ਆਪਾਂ ਸਲਾਈ ਦੇ ਉੱਪਰ ਕੁੰਡੇ ਲੈਣੇ ਨੇ 2-2 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈ ਲਾਗੇ ਤੇ ਏ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਹੁਣ ਆਪਾਂ ਬਣਾਉਨੇ ਆਂ ਡਿਜ਼ਾਈਨ ਦੇਖਦੇ ਆਂ ਕਿਵੇਂ ਬਣੂਗਾ ਇਹ ਮੈਂ ਸਿੱਧੇ ਪਾਸੇ ਤੋਂ ਸਿੱਧੀ ਸਿੱਧੀ ਸਲਾਈ ਇੱਕ ਬਣਾ ਲਈ ਆ ਉਲਟੀ ਸਾਈਡ ਤੋਂ ਵੀ ਆਪਾਂ ਇਹ ਸਲਾਈ ਸਿੱਧੀ ਹੋਈ ਬਣਾਵਾਂਗੇ ਸਿੱਧੇ ਪਾਸੇ ਤੋਂ ਵੀ ਆਪਾਂ ਪਹਿਲੀ ਸਲਾਈ ਸਿੱਧੀ ਬਣਾਉਣੀ ਆ ਉਲਟੀ ਸਾਈਡ ਤੋਂ ਵੀ ਆਪਾਂ ਇਹ ਵਾਲੀ ਸਲਾਈ ਸਾਰੀ ਸਿੱਧੀ ਬਣਾਵਾਂਗੇ ਬਣਤੀ ਦੇ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਔਰ ਮੇਰੀ ਇਹ ਹੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਸੌਖੇ-ਸੌਖੇ ਡਿਜ਼ਾਈਨ ਦੱਸੀਏ ਜਿਹੜੇ ਆਸਾਨੀ ਨਾਲ ਬਣ ਸਕਣ ਤੇ ਬਣੇ ਹੋਏ ਸੋਹਣੇ ਲੱਗਣ। ਤੇ ਇਸ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰੋ ਤਾਂ ਕਿ ਤੁਸੀਂ ਅਗਲੀਆਂ ਵੀਡੀਓ ਵੀ ਦੇਖਦੇ ਰਹੋ। ਹੁਣ ਆ ਗਏ ਆਪਾਂ ਸਿੱਧੀ ਸਾਈਡ। ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ। ਇਹ ਪਹਿਲਾ ਕੁੰਡਾ ਆਪਾਂ ਬਣਾ ਲਾਂਗੇ ਸਿੱਧਾ ਉਸ ਤੋਂ ਬਾਅਦ ਆ ਦੋ ਕੁੰਡੇ ਛੱਡ ਕੇ ਜਿਹੜਾ ਆਪਣਾ ਪਹਿਲਾ ਤੇ ਇਹ ਦੂਜਾ ਇਹ ਦੋ ਕੁੰਡੇ ਛੱਡ ਕੇ ਆਪਾਂ ਇਸ ਤਰ੍ਹਾਂ ਇਹ ਸਲਾਈ ਪਾ ਲਾਂਗੇ ਇਹਨਾਂ ਦੇ ਵਿੱਚ ਦੀ ਆਏ ਕੁੰਡਾ ਕੱਢ ਕੇ ਫਿਰ ਆ ਵਾਲੇ ਦੋ ਕੁੰਡਿਆਂ ਨੂੰ ਬੈਕ ਤੋਂ ਦੋਹਾਂ ਦਾ ਇੱਕ ਕਰਦੇ ਆ ਐਸਟਰਾ

ਇਹ ਦੋ ਕੁੰਡਿਆਂ ਨੂੰ ਆਪਾਂ ਬੈਕ ਲੂਪ ਤੋਂ ਦੋਹਾਂ ਦਾ ਇੱਕ ਕਰਦੇ ਅਗੇ ਫਿਰ ਆਪਾਂ ਉਸੇ ਤਰ੍ਹਾਂ ਹੀ ਚਾਹੇ ਤੁਸੀਂ ਧਾਗਾ ਇਸ ਤਰ੍ਹਾਂ ਪਾ ਲਓ ਚਾਹੇ ਇਸ ਤਰ੍ਹਾਂ ਘੁਮਾ ਲਓ ਸਲਾਈ ਦੇ ਉੱਪਰ ਦੀ ਜਿਵੇਂ ਤੁਹਾਨੂੰ ਠੀਕ ਲੱਗਦਾ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਆ ਆਪਣਾ ਇਹ ਤੇ ਇਹੀ ਆਪਾਂ ਦੋ ਦੋ ਕੁੰਡਿਆਂ ਨੂੰ ਵਾਰ-ਵਾਰ ਰਿਪੀਟ ਕਰਦੇ ਜਾਵਾਂਗੇ ਐਕਸਟਰਾ ਲਾਸਟ ਵਾਲੇ ਦੋ ਗੁੰਡੇਰ ਨੂੰ ਵੀ ਆਪਾਂ ਇਸ ਤਰ੍ਹਾਂ ਹੀ ਬਣਾ ਲਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਐਸਾ ਆ ਲਾਸਟ ਵਾਲੇ ਗੁੰਡੇ ਨੂੰ ਸਿੱਧਾ ਇਹ ਸਿੱਧੇ ਪਾਸੇ ਤੋਂ ਆਪਣੀ ਡਿਜ਼ਾਈਨ ਦੀ ਸਲਾਈ ਸੀ ਹੁਣ ਆਗੇ ਆ ਪਾਲਟੀ ਸਾਈਡ ਉਲਟੀ ਸਾਈਡ ਜਿਹੜਾ ਆਪਣਾ ਆਹ ਵਾਲਾ ਕੁੰਡਾ ਪਹਿਲਾ ਇਹ ਆਪਾਂ ਬਣਾਉਣਾ ਨਹੀਂ ਇਹ ਆਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਇੱਧਰ ਦੀ ਸਲਾਈ ਪਾ ਕੇ ਇਸ ਤਰ੍ਹਾਂ ਬਣਾ ਲਵਾਂਗੇ ਇੱਧਰ ਲਈ ਸਲਾਈ ਵੀ ਆਪਾਂ ਇਸੇ ਤਰ੍ਹਾਂ ਹੀ ਦੋ ਦੋ ਕੁੰਡਿਆਂ ਦੇ ਉੱਪਰ ਦੀ ਇਸੇ ਤਰ੍ਹਾਂ ਹੀ ਪਾਉਂਦੇ ਜਾਵਾਂਗੇ ਐਸਟਰਾ ਲਾਸਟ ਵਾਲੇ ਕੁੰਡੇ ਨੂੰ ਵੀ ਆਪਾਂ ਇੱਧਰ ਦੀ ਐ ਬਾਹਰਤੀ ਧਾਗਾ ਘਮਾ ਲਵਾਂਗੇ ਇਹਦੇ ਉੱਪਰ ਦੀ ਐਸਟਰਾ ਇਹ ਵਾਲੀ ਸਲਾਈ ਵੀ ਆਪਾਂ ਸਾਰੀ ਇਸ ਤਰ੍ਹਾਂ ਹੀ ਪਾ ਲਈ ਆ ਹੁਣ ਆ ਗਏ ਆਪਾਂ ਸਿੱਧੀ ਸਾਈਡ ਇਧਰੋਂ ਹੁਣ ਆਪਾਂ ਸਾਰੀ ਸਲਾਈ ਸਿੱਧੀ ਪਾਵਾਂਗੇ ਸਿੱਧੀ ਸਾਈਡ ਤੋਂ ਹੁਣ ਆਪਣੀ ਸਾਰੀ ਸਲਾਈ ਇਹ ਸਿੱਧੀ ਬਣੂਗੀ ਉਲਟੀ ਸਾਈਡ ਤੋਂ ਵੀ ਹੁਣ ਆਪਾਂ ਇਹ ਵਾਲੀ ਸਾਰੀ ਸਲਾਈ ਉਲਟੀ ਬਣਾਵਾਂਗੇ ਸਿੱਧੀ ਬਣਾਵਾਂਗੇ ਦੋ ਸਲਾਈਆਂ ਦਾ ਡਿਜ਼ਾਈਨ ਆ ਦੋ ਸਲਾਈਆਂ ਵਿੱਚ ਸਿੱਧੀਆਂ ਸਿੱਧੀਆਂ ਬਣ ਜਾਂਦੀਆਂ ਨੇ ਤੇ ਡਿਜ਼ਾਈਨ ਆਪਣਾ ਬਣਿਆ ਬਹੁਤ ਸੋਹਣਾ ਲੱਗਦਾ ਹੈਗਾ ਇੱਧਰਲੀ ਉਲਟੀ ਸਾਈਡ ਤੋਂ ਵੀ ਆਪਾਂ ਇਹ ਸਲਾਈ ਸਾਰੀ ਸਿੱਧੀ ਬਣਾਵਾਂਗੇ ਇਸ ਤਰ੍ਹਾਂ ਇਹ ਡਿਜ਼ਾਈਨ ਆਪਣਾ ਬਣਨ ਲੱਗ ਗਿਆ ਦੇਖੋ ਹਾਂਜੀ ਬਣ ਕੇ ਇਹ ਡਿਜ਼ਾਈਨ ਆਪਣਾ ਇਸ ਤਰ੍ਹਾਂ ਦਾ ਲੱਗਦਾ ਦੇਖੋ ਕਿੰਨਾ ਪਿਆਰਾ ਲੱਗਦਾ ਡਿਜ਼ਾਈਨ ਇਹ ਇਹ ਸਪੈਸ਼ਲ ਗਰਲਸ ਸਟਾਕ ਦੇ ਲਈ ਡਿਜ਼ਾਈਨ ਆ ਸਕੀਵੀ ਦੇ ਲਈ ਡਿਜ਼ਾਈਨ ਆ ਇਹੀ ਆਪਾਂ ਦੋ ਸਲਾਈਆਂ ਵਿੱਚ ਇਹਦੇ ਸਿੱਧੀਆਂ-ਸਿੱਧੀਆਂ ਔਰ ਦੋ ਸਲਾਈਆਂ ਇਹ ਡਿਜ਼ਾਈਨ ਦੀਆਂ ਚਾਰ ਸਲਾਈਆਂ ਰਿਪੀਟ ਕਰਦੇ ਜਾਵਾਂਗੇ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਜਾਊਗਾ ਬਿਲਕੁਲ ਰੈਡੀमेड ਕੋਟੀ ਜੈਕਟ ਵਰਗਾ ਡਿਜ਼ਾਈਨ ਆ ਇਹ ਦੇਖੋ ਇਸ ਤਰ੍ਹਾਂ ਉਮੀਦ ਆ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਹੋਊਗਾ ਜੇਕਰ ਤੁਹਾਨੂੰ ਮੇਰਾ ਡਿਜ਼ਾਈਨ ਵਧੀਆ ਲੱਗਿਆ ਪਸੰਦ ਆਇਆ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ